ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਆਂ ਜੀ ਜੋ ਕਿ ਆਊਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ 2022 ਦੀ ਸਭ ਤੋਂ ਵੱਡੀ ਹੈ ਪ੍ਰਤੀਨਜੀ ਟਾਈਪੀਟ ਆ ਟਾਈਪਿਸਟ ਦੀ ਅਫਸਰ ਦੀ ਟਰਾਂਸਲੇਟਰ ਦੀ ਤੇ ਹੋਰ ਵੀ ਵੈਕੈਂਸੀ ਆਊਟ ਹੋਈਆਂ ਨੇ ਜੀ ਕੀ ਕੀ ਰਹੇਗੀ ਉਮਰ ਚੋਣ ਪ੍ਰਕਿਰਿਆ ਅਪਲਾਈ ਕਿੱਦਾਂ ਕਰਨਾ ਹੈ ਜੀ ਕਿ ਕਿ ਕਿਤਾਬਾਂ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਜੀ ਦਵਾਂਗਾ ਸੈਲਰੀ ਦੀ ਗੱਲ ਕਰਾਂ ਤਾਂ 20200 ਤੋਂ ਲੈ ਕੇ 34800 ਪਲੱਸ ਗ੍ਰੇਡ ਤੇ ਜਿਹੜੀ ਤਾਨੂੰ ਮਿਲਣ ਵਾਲੀ ਹੈ ਲਾਸਟ ਡੇਟ 15 ਜਨਵਰੀ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਮੁੰਡੇ ਤੇ ਕੁੜੀਆਂ ਦੋਨੋਂ ਹੀ ਇਹਦੇ ਲਈ ਅਪਲਾਈ ਕਰ ਸਕਦੇ ਨੇ ਵੈਕੈਂਸੀ ਜਿਹੜੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਆਊਟ ਹੋਈਆਂ ਨੇ ਜੀ ਉਹਦੀ ਵੀ ਜਾਣਕਾਰੀ ਅੱਗੇ ਮੈਂ ਤੁਹਾਨੂੰ ਦਵਾਂਗਾ ਸੋ ਤੁਸੀਂ ਉਹਦੇ ਲਈ ਜੁੜੇ ਰਹਿਣਾ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਔਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ पाओ ਜੀ ਵੈਕੈਂਸੀਸ ਹਰ ਤਰ੍ਹਾਂ ਦੀ ਆਊਟ ਹੁੰਦੀਆਂ ਰਹਿੰਦੀਆਂ ਨੇ ਜਿੱਦਾਂ ਕਿ ਪੰਜਾਬ ਦੇ ਵਿੱਚ ਉਹਦੇ ਸਾਰੇ ਅਪਡੇਟ ਅਸੀਂ ਆਪਣੇ ਚੈਨਲ ਤੇ ਅਪਡੇਟ ਕਰਦੇ ਹਾਂ ਚਾਹੇ ਉਹ ਕੋਈ ਵੀ ਛੋਟੇ ਤੋਂ ਛੋਟਾ ਅਪਡੇਟ ਹੋਵੇ ਜਾਂ ਐਗਜ਼ਾਮ ਦੇ ਰਿਲੇਟਿਡ ਜਾਂ ਐਗਜ਼ਾਮ ਪੋਸਟਪੋਨ ਐਗਜ਼ਾਮ ਕੈਨਸਲੇਸ਼ਨ ਜਾਂ ਐਗਜ਼ਾਮ ਰਿਜ਼ਲਟ ਦੇ ਰਿਲੇਟਿਡ ਸਾਰੀ ਵੀਡੀਓਸ ਤੁਹਾਨੂੰ ਸਾਡੇ ਚੈਨਲ ਤੋਂ ਮਿਲ ਜਾਣਗੀਆਂ ਜੀ ਅਪਡੇਟਸ ਜ਼ਰੂਰ ਲੈਂਦੇ ਰਹਿਣਾ ਸੋ ਚਲੋ ਹੁਣ ਮੈਂ ਤੁਹ ਇਹ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਕੀ ਕੀ ਚ ਮੰਗਿਆ ਗਿਆ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੈਕੈਂਸੀ ਦੀ ਤੇ ਪੇ ਸਕੇਲ ਕੀ ਰਹੀ ਹੈ ਤੇ ਕਿੰਨੀ ਉਮਰ ਹੱਦ ਤੱਕ ਕਰਦੀ ਜਿਹੜੇ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਸਭ ਤੋਂ ਪਹਿਲੀ ਵੈਕੈਂਸੀ ਜਿਹੜੀ ਹੈ ਜੀ ਉਹ ਜੂਨੀਅਰ ਹਿੰਦੀ ਟਰਾਂਸਲੇਟਰ ਦੀ ਹੈ ਜਿਸ ਦੀ ਸੈਲਰੀ ਦੀ ਗੱਲ ਕਰਾਂ 9300 ਤੋਂ ਲੈ ਕੇ 34800 ਪਲੱਸ 4200 ਤੁਹਾਨੂੰ ਜਿਹੜੀ ਹੈ ਜੀ ਗ੍ਰੇਡ ਪੇ ਦਿੱਤੀ ਜਾਏਗੀ ਇਸ ਦੇ ਵਿੱਚ ਅਗਰ ਗੱਲ ਕਰਾਂ ਟੋਟਲ 7 ਵੈਕੈਂਸੀਆਂ ਆਊਟ ਹੋਈਆਂ ਨੇ 18 ਤੋਂ 30 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੈਕਸਟ ਪੋਸਟ ਹੈ ਸਬ ਡਿਵੀਜ਼ਨਲ ਅਫਸਰ ਦੀ ਗ੍ਰੇਡ 2 ਦੀ 5200 ਤੋਂ ਲੈ ਕੇ 20200 ਤੁਹਾਡੀ ਸੈਲਰੀ ਹੈ ਪਲੱਸ ਗ੍ਰੇਡ ਪੇਜ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਟੋਟਲ 89 ਪੋਸ ਇਸ ਸਾਲ ਤੱਕ ਦੇ ਕੈਂਡੀਡੇਟ ਨੇ ઓਰ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਹਿੰਦੀ ਟਾਈਪਿਸ ਦੀ ਵੈਕੈਂਸੀ ਹੈ ਜੀ 5200 ਤੋਂ ਲੈ ਕੇ 20200 ਤੱਕ ਦੀ ਸੈਲਰੀ ਰਹੇਗੀ ਤੇ ਪਲੱਸ 1900 ਤੁਹਾਨੂੰ ਗ੍ਰੇਡ ਪੇ ਦਿੱਤਾ ਜਾਏਗਾ ਟੋਟਲ ਇੱਕ ਵੈਕੈਂਸੀ ਆਊਟ ਹੋਈ ਹੈ ਜੀ 18 ਤੋਂ 27 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਅਪਲਾਈ ਕਰ ਸਕਦੇ ਨੇ ਜੀ ਹੁਣ ਇਸ ਦੇ ਵਿੱਚ ਅਗਰ ਗੱਲ ਕਰੀਏ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਜਿਹੜੇ ਜੂਨੀਅਰ ਹਿੰਦੀ ਟ੍ਰਾਂਸਲੇਟਰ ਹੈ ਜਿਨ੍ਹਾਂ ਨੇ ਮਾਸਟਰ ਡਿਗਰੀ ਰੈਕੋਗਨਾਈਜ਼ ਯੂਨੀਵਰਸਿਟੀ ਦੇ ਵਿੱਚ ਕੀਤੀ ਹੋਈ ਹੈ ਜੀ ਹਿੰਦੀ ਇੰਗਲਿਸ਼ ਕੰਪਲਸਰੀ ਹੋਵੇ ਐਜ਼ ਅ ਕੰਪਲਸਰੀ ਸਬਜੈਕਟ ਐ ਇਲੈਕਟਿਵ ਸਬਜੈਕਟ ਹੋਏਗਾ ਜੀ ਔਰ ਮਾਸਟਰ ਡ ਹਿੰਦੀ ਇੰਗਲਿਸ਼ ਜਾਂ ਹਿੰਦੀ ਇੰਗਲਿਸ਼ ਮੀਡੀਅਮ ਦੇ ਵਿੱਚ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਮਾਸਟਰ ਡਿਗਰੀ ਜਿਨ੍ਹਾਂ ਨੇ ਕੀਤੀ ਉਹ ਜ਼ਰੂਰ ਅਪਲਾਈ ਕਰਨ ਜਿਹਦੇ ਲਈ ਔਰ ਇਸ ਦੇ ਵਿੱਚ ਬੈਚਲਰ ਡਿਗਰੀ ਅਗਰ ਤੁਸੀਂ ਕਿਸੇ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਕੀਤੀ ਹੋਏ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਐਜ਼ ਆ ਕੰਪਲਸਰੀ ਸਬਜੈਕਟ ਜਾਂ ਇਲੈਕਟਿਵ ਸਬਜੈਕਟ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਜੀ ਐਜੂਕੇਸ਼ਨ ਕੁਆਲਿਫਿਕੇਸ਼ਨ ਸਬ ਡਿਵੀਜ਼ਨਲ ਅਫੀਸਰ ਦੇ ਲਈ ਗੱਲ ਕਰੀ ਜਾਂਦਾ میٹرਿਕ ਪਾਸ ਕੈਂਡੀਡੇਟ ਜਿਹੜੇ ਨੇ ਕਿਸੇ ਵੀ ਰੈਕੋਗਨਾਈਜ਼ ਬੋਰਡ ਤੋਂ ਕੀਤਾ ਤਾਂ ਅਪਲਾਈ ਕਰ ਸਕਦੇ ਨੇ ਔਰ ਪਲੱਸ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋ ਜੋ ਕਿ ਸਰਵੇਇੰਗ ਦੇ ਵਿੱਚ ਜਾਂ ਡਰਾਫਟਮੈਨਸ਼ਿਪ ਦੇ ਵਿੱਚ ਸਿਵਲ ਦੇ ਵਿੱਚ ਕੀਤੀ ਹੋਈ ਹੈ ਔਰ 2 ਸਾਲ ਦਾ ਤੁਹਾਨੂੰ ਜਿਹੜਾ ਹੈ ਜੀ ਘਟਨਾ ਹੋਵੇ ਡਿਪਲੋਮਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ এডਿਕੇਸ਼ਨ ਕੁਆਲਿਫਿਕੇਸ਼ਨ ਹਿੰਦੀ ਟਾਈਪਿਸਟ میٹرਿਕ ਪਾਸ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਸਪੀਡ ਉਹਨਾਂ ਦੀ 25 ਵਰਡ ਪਰ ਮਿੰਟ ਤੋਂ ਘੱਟ ਨਹੀਂ ਹੋਣੀ ਚਾਹੀਦੀ ਟਾਈਪਰਾਈਟਿੰਗ ਦੇ ਵਿੱਚ ਹਿੰਦੀ ਦੇ ਵਿੱਚ ਇਗਜ਼ਾਮ ਪੈਟਰਨ ਰਹੇਗਾ ਜਿਸ ਦੇ 200 ਮਾਰਕਸ ਦਾ ਹਿੰਦੀ ਟਰਾਂਸਲੇਟਰ ਦਾ ਠੀਕ ਹੈ ਜੀ ਸੋ ਤੁਹਾਨੂੰ ਕਰਨਾ ਪਏਗਾ ਆਬਜੈਕਟਿਵ ਟਾਈਪ ਹੋਏਗਾ 120 ਮਾਰਕਸ ਜਿਹੜੇ ਨੇ ਤੁਹਾਡੇ ਹੋਣਗੇ ਜੋ ਕਿ ਜਨਰਲ ਇੰਗਲਿਸ਼ ਦੇ ਹੋਣੇ ਜਨਰਲ ਨੌਲੇਜ ਦੇ ਹਿੰਦੀ ਗ੍ਰਾਮਰ ਟਰਾਂਸਲੇਸ਼ਨ ਰਿਲੇਟਡ ਹੋਣਗੇ 80 ਮਾਰਕਸ ਜਿਹੜੇ ਨੇ ਜੀ ਉਹ ਤੁਹਾਡੇ ਟਰਾਂਸਲੇਸ਼ਨ ਔਰ ਪੈਸੇਜ ਦੇ ਹੋਣਗੇ ਜੋ ਕਿ ਇੰਗਲਿਸ਼ ਤੋਂ ਹਿੰਦੀ ਹੋਏਗਾ ਤੇ ਹਿੰਦੀ ਤੋਂ ਇੰਗਲਿਸ਼ ਹੋ ਸਕਦਾ ਹੈ ਜੀ ਇਹਦੇ ਵਿੱਚ ਤੁਹਾਨੂੰ 2 ਘੰਟੇ ਦਾ ਟਾਈਮ ਦਿੱਤਾ ਜਾਏਗਾ ਇਗਜ਼ਾਮ ਪੈਟਰਨ ਦੀ ਗੱਲ ਕਰਾਂ ਸਬ ਡਿਵੀਜ਼ਨਲ ਅਫੀਸਰ ਦੇ ਲਈ ਇਹਦੇ ਵਿੱਚ 150 ਮਾਰਕਸ ਦਾ ਹੋਏਗਾ 2 ਘੰਟੇ ਦਾ ਟਾਈਮ ਤੁਹਾਨੂੰ ਦਿੱਤਾ ਜਾਏਗਾ ਜੀ ਹਿੰਦੀ ਟਾਈਪਿਸ ਦਾ ਵੀ ਸੇਮ ਇਸ 100 ਕੁਐਸਚਨਸ ਸੌਰੀ uh, 100 ਕੁਐਸਚਨਸ ਹੋਣਗੇ 100 ਮਾਰਕਸ ਦੇ ਵਿੱਚ ਤੁਹਾਡੇ ਪੁੱਛੇ ਜਾਣਗੇ ਜੀ ਔਰ ਇਸ ਦੇ

पीएच प्लस ओबीसी ਨੂੰ ਇਹਦੇ ਵਿੱਚ 13 ਸਾਲ ਦੀ, पीएच प्लस एससी एसटी ਨੂੰ 15 ਸਾਲ ਦੀ, ਐਕਸ ਸਰਵਿਸਮੈਨ ਨੂੰ 3 ਸਾਲ ਦੀ ਜਿਹੜੀ ਹੈ ਜੀ ਤਾਂ ਤੀਜੀ ਆਏਗੀ, ਐਕਸ ਸਰਵਿਸਮੈਨ ओबीसी ਨੂੰ 6 ਸਾਲ ਦੀ, 3 प्लस 3 ਸਾਲ ਦੀ ਜਿਹੜੀ ਹੈ ਜੀ ਉਹ ਏਜ ਰੈਲੈਕਸੇਸ਼ਨ ਮਿਲੇਗੀ, ਐਕਸ ਸਰਵਿਸਮੈਨ ਐਸਟੀ ਨੂੰ ਵੀ 8 ਸਾਲ ਦੀ ਮਿਲੇਗੀ ਜੀ, আর বাকি ਵੀ ਉਹਨਾਂ ਨੇ ਸਾਰੀ ਕੈਟਾਗਰੀਸ ਲਿਖੀਆਂ ਨੇ ਔਰ ਮੈਂਸ਼ਨ ਕੀਤੀਆਂ ਹੀ ਹੋਈਆਂ ਨੇ ਇੱਥੇ ਤੁਸੀਂ ਉਹ ਚੈੱਕ ਖੁਦ ਵੀ ਕਰ ਸਕਦੇ ਹੋ ਜੀ, ਜਿਸ ਵੀ ਕੈਟਾਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਆਪਣੀ ਕੈਟਾਗਰੀ ਅਕੋਰਡਿੰਗ ਮੀ ਚੈੱਕ ਕਰਕੇ ਅਪਲਾਈ ਜ਼ਰੂਰ ਕਰ ਲੈਣਾ ਜੀ। ਉਸ ਤੋਂ ਬਾਅਦ ਥੋੜਾ ਜਿਹਾ ਤੁਸੀਂ نیچے ਜਾਂ ਅਪਲੀਕੇਸ਼ਨ ਕੀਤੀਆਂ ਹੋਈਆਂ ਨੇ ਜਿਹੜੀ ਤੁਹਾਨੂੰ ਰਿਕੁਆਇਰਡ ਹੈ ਅਪਲਾਈ ਕਰਨ ਤੋਂ ਪਹਿਲਾਂ ਇਹ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੰਟਰਵਿਊ ਜਿਹੜਾ ਹੈ ਜੀ ਉਹ ਨਹੀਂ ਲਿੱਤਾ ਜਾਂਦਾ ਸੋ ਐਪਲੀਕੇਸ਼ਨ ਫੀ ਜਿਹੜੀ ਹੋਏਗੀ ਜੀ ਫੀ 200 ਰੁਪਏ ਤੁਹਾਨੂੰ ਪੇ ਕਰਨੀ ਪੈਗੀ ਜੋ ਕਿ ਡਰਾਫਟ ਡਿਮਾਂਡ ਡਰਾਫਟ ਦੇ ਥਰੂ ਤੁਸੀਂ ਪੇ ਕਰੋਗੇ ਜੋ ਕਿ ਪ੍ਰਿੰਸੀਪਲ ਡਾਇਰੈਕਟਰੀ ਡਿਫੈਂਸ ਸਟੇਟ ਸਾਊਥਰਨ ਕਮਾਂਡ ਪੁਣੇ ਨੂੰ ਪੇ ਕਰਨੀ ਹੋਏਗੀ ਜੀ ਇਹਦੇ ਵਿੱਚ ਜਿਹੜੇ ਊਮਨ ਕੈਂਡੀਡੇਟ ਸ਼ੈਡਿਊਲ ਕਾਸਟ ਨੂੰ ਅਪਲਾਈ ਕਰਦੇ ਐਕ ਸਰਵਿਸਮੈਨ ਹੋਣਗੇ ਉਹਨਾਂ ਨੂੰ ਐਗਜ਼ੈਪਟ ਕਰ ਦਿੱਤੀ ਜਾਏਗੀ ਜੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਫੀ ਤੁਸੀਂ ਨਹੀਂ ਭਰਨੀ ਹੈ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੋ ਕਿ ਇਹਨਾਂ ਦੀਆਂ ਵੈਬਸਾਈਟ ਦਿੱਤੀਆਂ ਹੋਈਆਂ ਤੁਸੀਂ ਸਾਰੀਆਂ ਦੇਖ ਪਾ ਰਹੇ ਹੋ ਜੀ ਠੀਕ ਹੈ ਜੀ ਜਿਸ ਤਰ੍ਹਾਂ ਦੇ ਲਗ ਲਗ ਸੈਂਟਰ ਬਣेंगे ਰਿਟਨ ਟੈਸਟ ਦੇ ਲਈ ਉਹ ਤੁਹਾਨੂੰ ਦੱਸ ਹੀ ਦਿੱਤੇ ਜਾਣਗੇ ਬਾਕੀ ਇੱਥੇ ਹਰ ਇੱਕ ਚੀਜ਼ ਮੈਂਸ਼ਨਡ ਹੈ ਜੀ ਤੁਸੀਂ ਜ਼ਰੂਰ ਚੈੱਕ ਕਰਕੇ ਅਪਲਾਈ ਕਰਨਾ ਇਹ ਨੋਟੀਫਿਕੇਸ਼ਨ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਪ੍ਰਿੰਸੀਪਲ ਡਾਇਰੈਕਟੋਰੇਟ ਡਿਫੈਂਸ ਅਸਟੇਟ ਸਾਊਥਰਨ ਕਮਾਂਡ ਕੋਲਕਾਤਾ ਵੱਲੋਂ ਪੂਨੇ ਵੱਲੋਂ ਆਊਟ ਕੀਤਾ ਗਿਆ ਹੈ ਜੀ ਸੋ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਡਾਊਟ ਹੋਏ ਜੀ ਜ਼ਰੂਰ ਕਮੈਂਟ ਕਰਕੇ ਦੱਸਣਾ ਸੋ ਇਹਦੇ ਵਿੱਚ 올 ਇੰਡੀਆ ਕੈਂਡੀਡੇਟ ਐਲੀਜੀਬਲ ਹੋਣਦੇ ਨੇ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ ਫਿਰ ਮੈਂ ਤੁਹਾਨੂੰ ਮਿਲਾਂਗਾ ਨਵੇਂ ਨ